ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੂਸ ਦੌਰੇ ਤੋਂ ਬਾਅਦ ਰੂਸੀ ਫੌਜ ਵਿੱਚ ਫਸੇ ਭਾਰਤੀ ਨਾਗਰਿਕਾਂ ਅਤੇ ਉਹਨਾਂ ਦੇ ਪਰਿਵਾਰ ਵਾਲਿਆਂ ਵਿੱਚ ਇੱਕ ਆਸ ਦੀ ਕਿਰਨ ਜਾਗੀ ਹੈ। ਪੀਐਮ ਮੋਦੀ 2 ਰੋਜ਼ਾ ਰੂਸੀ ਦੌਰੇ ਤੇ ਸਨ, ਜਿੱਥੇ ਉਹਨਾਂ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਹਨਾਂ ਨੇ ਉੱਥੇ ਫਸੇ ਭਾਰਤੀ ਨਾਗਰਿਕਾਂ ਦਾ ਮੁੱਦਾ ਵੀ ਚੁੱਕਿਆ। ਵਿਦੇਸ਼ ਸਕੱਤਰ ਵਿਨੇ ਕਵਾਤਰਾ ਨੇ ਪ੍ਰਧਾਨ ਮੰਤਰੀ ਦੇ ਰੂਸ ਦੌਰੇ ਤੇ ਬੋਲਦਿਆਂ ਦੱਸਿਆ, ਪ੍ਰਧਾਨ ਮੰਤਰੀ ਨੇ ਗੁੰਮਰਾਹ ਕਰਕੇ ਰੂਸੀ ਫੌਜ ਵਿੱਚ ਭਰਤੀ ਕੀਤੇ ਗਏ ਭਾਰਤੀ ਨਾਗਰਿਕਾਂ ਨੂੰ ਫੌਜ ਵਿੱਚੋਂ ਅਰਲੀ ਡਿਸਚਾਰਜ ਕਰਨ ਦਾ ਮੁੱਦਾ ਵੀ ਜ਼ੋਰ ਨਾਲ ਚੁੱਕਿਆ ਹੈ ਤੇ ਰੂਸ ਨੇ ਸਾਰੇ ਭਾਰਤੀ ਨਾਗਰਿਕਾਂ ਨੂੰ ਫੌਜ ਵਿੱਚੋਂ ਛੁੱਟੀ ਦੇਣ ਦਾ ਵਾਅਦਾ ਵੀ ਕੀਤਾ ਹੈ। ਜਿਸ ਤੋਂ ਬਾਅਦ ਰੂਸ ਵਿੱਚ ਫਸੇ ਭਾਰਤੀ ਨਾਗਰਿਕਾਂ ਦੇ ਪਰਿਵਾਰ ਵਾਲਿਆਂ ਵਿੱਚ ਆਸ ਦੀ ਕਿਰਨ ਜਾਗੀ ਹੈ। ਰੂਸ ਵਿੱਚ ਫਸੇ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਡੇਹਰੀਵਾਲ ਕਿਰਨ ਦੇ ਗਗਨਦੀਪ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਪਿਛਲੇ ਕਈ ਮਹੀਨਿਆਂ ਤੋਂ ਇਸ ਸੁਨੇਹੇ ਦੀ ਉਡੀਕ ਕਰ ਰਹੇ ਸਨ। ਉਹ ਕਹਿੰਦੇ ਨੇ ਕਿ ਜੂਨ ਵਿੱਚ ਅੰਮ੍ਰਿਤਸਰ ਦੇ ਇੱਕ ਨੌਜਵਾਨ ਦੀ ਮੌਤ ਤੋਂ ਬਾਅਦ ਉਹ ਕਾਫੀ ਡਰੇ ਹੋਏ ਸਨ। ਉਮੀਦ ਜਾਗੀ, ਉਹਨਾਂ ਨੇ ਜਾ ਕੇ ਉਧਰ ਗੱਲ ਕੀਤੀ ਹੈ ਬੱਚਿਆਂ ਦੀ ਕਿ ਭਾਰਤੀ ਨੌਜਵਾਨਾਂ ਨੂੰ ਰਿਹਾਅ ਕੀਤਾ ਜਾਵੇ ਤੇ ਅੱਗੇ ਤੋਂ ਕਿਸੇ ਵੀ ਭਾਰਤੀ ਨੂੰ ਗੈਰ ਕਾਨੂੰਨੀ ਭਰਤੀ ਕਰਕੇ ਜੰਗ ਵਿੱਚ ਨਾ ਭੇਜਿਆ ਜਾਵੇ। ਇਹ ਪਤਾ ਜੀ, ਰਾਹਤ ਇਹ ਹੈ ਕਿ ਬੱਚਿਆਂ ਨੂੰ ਅੰਬੈਸੀਆਂ ਵੱਲੋਂ ਡਿਸਚਾਰਜ ਪੇਪਰ ਜਿਹੜੇ ਦੇ ਦਿੱਤੇ ਗਏ ਨੇ, ਲੇਕਿਨ ਫੌਜ ਜਿਹੜੀ ਹੈ ਅਜੇ ਰਿਹਾਅ ਨਹੀਂ ਕਰ ਰਹੀ। ਫੌਜ ਕਹਿੰਦੀ ਸਾਨੂੰ ਉੱਤੋਂ ਆਰਡਰ ਆਏਗਾ ਫਿਰ ਸਾਈਨ ਕਰਾਂਗੇ। ਬਾਕੀ ਡਿਸਚਾਰਜ ਪੇਪਰ ਬੱਚਿਆਂ ਨੂੰ ਮਿਲ ਗਏ ਹੋਏ ਨੇ, ਉਹ ਮਿਲਿਆ ਨੂੰ ਕੋਈ ਡੇਢ ਮਹੀਨਾ ਹੋ ਗਿਆ। ਮੈਨੂੰ ਦੱਸਦੇ ਨਹੀਂ ਬਹੁਤੀ ਗੱਲ, ਇਹ ਖੁਦ ਆਪ ਕਰ ਲੈਂਦਾ, ਚਾਹੇ ਛੋਟਾ ਬੇਟਾ ਉਹ ਕਰ ਲੈਂਦਾ। ਮੇਰੇ ਨਾਲ ਬਹੁਤੀ ਗੱਲ ਦੱਸਦੇ ਵੀ, ਜਦੋਂ ਤੇਜਪਾਲ ਦੀ ਗੱਲ ਹੋਈ ਮੈਨੂੰ ਤਾਂ ਵੀ ਦੱਸਿਆ, ਲੋਕ ਗੱਲਾਂ ਕਰਦੇ ਬਾਹਰ ਜਾ ਜਾ ਕੇ ਫੋਨ ਦੇ ਉੱਤੇ। ਮੈਂ ਉਹਨੂੰ ਪੁੱਛ ਨਹੀਂ ਵੀ ਕੀ ਹੋਇਆ ਵਾ, ਮੈਨੂੰ ਦੱਸਦੇ ਨਹੀਂ। ਫਿਰ ਬਾਹਰ ਜਦੋਂ ਪੱਕਾ ਪਤਾ ਲੱਗਾ ਗਗਨ ਨਾਲ ਗੱਲ ਹੋਈ, ਫਿਰ ਇਹਨਾਂ ਮੈਨੂੰ ਦੱਸਿਆ ਵੀ ਅਸੀਂ ਤਾਂ ਭੱਜੇ ਫਿਰੇ ਹਾਂ ਇੱਦਾਂ ਕਰਕੇ। ਉੱਧਰ ਹਰਿਆਣਾ ਦੇ ਕਰਨਾਲ ਵਿੱਚ ਪੈਂਦੇ ਪਿੰਡ ਸਾਂਬਲੀ ਦੇ ਰਹਿਣ ਵਾਲੇ ਹਰਸ਼ ਵੀ ਰੂਸ ਵਿੱਚ ਨੇ। ਹਰਸ਼ ਦੀ ਮਾਂ ਦਾ ਕਹਿਣਾ ਹੈ ਕਿ ਜਦੋਂ ਉਹਨਾਂ ਨੇ ਇਹ ਖਬਰ ਸੁਣੀ ਤਾਂ ਉਹਨਾਂ ਨੂੰ ਸੁੱਖ ਦਾ ਸਾਹ ਆਇਆ। ਹਰਸ਼ ਕੋ 7 ਮਹੀਨੇ ਹੋਣੇ ਕੋ ਆ ਗਏ ਜੀ, ਅਭੀ 7 ਮਹੀਨੇ ਹੀ ਹੋ ਜਾਏਂਗੇ, ਲੇਕਿਨ ਪਹਿਲੇ ਸੇ ਅਬ ਹਰਸ਼ ਕੁਛ ਠੀਕ ਹੈ ਜੀ, ਬਾਤ ਹੋ ਜਾਤੇ ਹੈ ਰੋਜ਼, ਔਰ ਜੈਸੇ ਹਮਾਰੀ ਉਮੀਦ ਸੀ ਖੋਈ ਗਈ ਥੀ, ਲੇਕਿਨ ਅਬ ਪਤਾ ਚੱਲਾ ਕਿ ਆਪਣੇ ਦੇਸ਼ ਕੇ ਪ੍ਰਧਾਨ ਮੰਤਰੀ ਵਾਂ ਗਏ ਥੇ, ਤੋ ਥੋੜ੍ਹੀ ਉਮੀਦ ਜਾਗੀ ਹੈ ਜੀ। ਦੇਖੋ ਵੀ ਹਮਾਰੇ ਬੱਚੇ ਘਰ ਆ ਜਾਏਂਗੇ, ਕਿ ਬੱਚੇ ਬਹੁਤ ਸੇ ਲਾਪਤਾ ਹੈ, ਟੈਨਸ਼ਨ ਤੋਂ ਹਰ ਵਕਤ ਬਣੀ ਰਹਤੀ ਹੈ ਜੀ। ਦੇਖੋ ਉਸ ਦਿਨ ਕੇ ਖੁਸ਼ ਤੋ ਨਹੀਂ ਹਮ, ਲੇਕਿਨ ਟਾਈਮ ਤੋਂ ਕੱਟਣਾ ਹੀ ਪੜਤਾ ਹੈ ਜੀ। ਦੇਖ ਜੈਸੇ ਗੁਜ਼ਰਤਾ ਹੀ ਜਾ ਰਿਹਾ ਟਾਈਮ ਤੋਂ, ਲੇਕਿਨ ਹਰ ਰੋਜ਼ ਕਾ ਇੱਕ ਦਿਨ ਕੱਟ ਰਿਹਾ, ਟੈਨਸ਼ਨ ਬੜੀ ਹੈ ਜੀ। ਹਰਸ਼ ਦੇ ਪਿਤਾ ਦੱਸਦੇ ਨੇ ਕਿ ਇੱਕ ਸਮਾਂ ਤਾਂ ਅਜਿਹਾ ਆਇਆ ਸੀ ਜਦੋਂ 10 ਦਿਨ ਤੱਕ ਹਰਸ਼ ਨਾਲ ਗੱਲ ਨਹੀਂ ਹੋਈ ਸੀ, ਪਰ ਹੁਣ ਕੁਝ ਰਾਹਤ ਮਿਲੀ ਹੈ। ਬਸ ਲੜਾਈ ਚੱਲ ਰਹੀ ਹੈ ਜੀ, ਆਪਣਾ ਜੋ ਕੰਮ ਲੈ ਰਹੇ ਐਜ ਏ ਹੈਲਪਰ ਲੈ ਰਹੇ ਅਬ ਤੋਂ ਜੀ, ਉਹ ਲੇਕਿਨ ਸ਼ੁਰੂ ਮੈਂ ਉਹਨੂੰ ਫਰੰਟ ਲਾਈਨ ਪਰ ਡਾਲ ਦਿਆ ਸ਼ੁਰੂ ਮੈਂ ਤੁਹਾਨੂੰ ਕੋ ਜੀ। ਜੈਸੇ ਖਬਰੇ ਚਲਤੀ ਰਹਿਤੀ ਸੀ ਜੀ ਵੀ ਬੀਚ ਮੇਂ ਕਈ ਬੱਚੋਂ ਕੀ ਐਕਸਪਾਇਰ ਵੀ ਹੋ ਗਏ ਜੀ, ਵਹਾਂ ਲੜਾਈ ਮੇਂ ਜੀ ਕਈ ਬੱਚੇ ਗਾਇਰ ਵੀ ਹੋ ਗਏ ਜੀ, ਜੈਸੇ ਟੀ ਐਮ ਟੀ ਵੀ ਮੈਂ ਦੇਖਤੇ ਤੇ ਖਬਰਾਂ ਜੀ, ਬਹੁਤ ਪਰੇਸ਼ਾਨੀ ਹੋਤੀ ਜੀ ਹਮਾਰੇ ਕੋ, ਬਈ ਇੱਕ ਕਿਸਮ ਦਾ ਡਰ ਲੱਗਿਆ ਰਹਿਤਾ ਸੀ ਬਿਲਕੁਲ ਜੀ, ਵੀ ਕਈ ਕਿਆ ਖਬਰ ਆ ਜਾਏ। ਲੇਕਿਨ ਆ ਪਰਮਾਤਮਾ ਕੀ ਦਇਆ ਤੇ ਜੀ ਮੋਦੀ ਨੇ ਜਬ ਹਮਾਦ ਮਿਲਿਆ ਜੀ, ਤਾਂ ਉਮੀਦ ਕੀ ਕਿਰਨ ਜਾਗੀ ਹੈ ਜੀ, ਬੱਚਿਆਂ ਬਾਰੇ ਜਲਦ ਸੇ ਜਲਦ ਵਾਪਿਸ ਆ ਜਾਏ ਜੀ। ਇਸੇ ਸਾਲ ਮਾਰਚ ਮਹੀਨੇ ਵਿੱਚ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿੱਚ ਪੰਜਾਬ ਅਤੇ ਹਰਿਆਣਾ ਦੇ 7 ਨੌਜਵਾਨਾਂ ਨੂੰ ਫੌਜੀ ਵਰਦੀ ਪਹਿਨੇ ਦੇਖਿਆ ਗਿਆ ਸੀ। ਇਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਉਹਨਾਂ ਨੂੰ ਧੋਖੇ ਨਾਲ ਰੂਸ ਦੀ ਫੌਜ ਵਿੱਚ ਭਰਤੀ ਕੀਤਾ ਗਿਆ ਹੈ ਤੇ ਯੂਕਰੇਨ ਖਿਲਾਫ ਜੰਗ ਵਿੱਚ ਫਰੰਟ ਲਾਈਨ ਤੇ ਲੜਨ ਲਈ ਭੇਜਿਆ ਜਾ ਰਿਹਾ ਹੈ। ਹਾਲਾਂਕਿ ਬੀਬੀਸੀ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰ ਸਕਿਆ ਸੀ। ਇਹਨਾਂ 7 ਨੌਜਵਾਨਾਂ ਵਿੱਚੋਂ 5 ਨੌਜਵਾਨ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਨਾਲ ਸੰਬੰਧਿਤ ਦੱਸੇ ਗਏ ਸਨ। ਜੂਨ ਮਹੀਨੇ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਰੂਸ ਯੂਕਰੇਨ ਜੰਗ ਵਿੱਚ 2 ਭਾਰਤੀਆਂ ਦੀ ਮੌਤ ਹੋ ਗਈ ਹੈ। ਇਹ ਭਾਰਤੀ ਰੂਸੀ ਫੌਜ ਵਿੱਚ ਕੰਮ ਕਰ ਰਹੇ ਸਨ। ਮਰਨ ਵਾਲਿਆਂ ਵਿੱਚ ਅੰਮ੍ਰਿਤਸਰ ਦੇ ਹੀ ਰਹਿਣ ਵਾਲੇ
ਤੇਜਪਾਲ ਵੀ ਸ਼ਾਮਿਲ ਸਨ।